ਸਤਿ ਸ਼੍ਰੀ ਅਕਾਲ ਜੀ, ਆਮ ਡਾਕਟਰ ਵਿਸ਼ਵ ਗੋਇਲ, ਸੀਨੀਅਰ ਕੰਸਲਟੈਂਟ ਔਰਥੋਪੈਡਿਕਸ ਟਰਾਮਾ ਜੁਆਇੰਟ ਰਿਪਲੇਸਮੈਂਟ ਐਂਡ ਮਨੀਪਾਲ ਹੋਸਪਿਟਲ ਪਟਿਆਲਾ। ਸਾਡੇ ਕੋਲ ਪੇਸ਼ੈਂਟ ਆਏ ਜੀ ਲਖਿੰਦਰ ਸਿੰਘ ਜੀ, ਇਹਨਾਂ 82 ਈਅਰਸ ਨੇ, ਇਹ ਬਾਥਰੂਮ ਦੇ ਵਿੱਚ ਡਿੱਗ ਗਏ ਸੀ, ਹੀ ਗੋਟ ਫ੍ਰੈਕਚਰ ਨੈੱਕ ਔਫ ਫੀਮਰ, ਅਤੇ ਅਸੀਂ ਇਹਨਾਂ ਦਾ ਹਿਪ ਰਿਪਲੇਸਮੈਂਟ ਕੀਤਾ ਹੈ। ਹੀ ਇਜ਼ ਡੂਇੰਗ ਵੈਰੀ ਵੈਲ, ਡੂਇੰਗ ਆਲ ਦਾ ਰੂਟੀਨ ਐਕਟੀਵਿਟੀਜ਼ ਆਫ ਹਿਸ ਲਾਈਫ, ਹੀ ਇਜ਼ ਵੈਰੀ ਹੈਪੀ ਐਂਡ ਸ਼ੇਅਰਿੰਗ ਹਿਸ ਐਕਸਪੀਰੀਅੰਸ ਵਿਦ ਅਸ। ਓਵਰ ਟੂ ਲਖਵਿੰਦਰ ਸਿੰਘ ਜੀ। ਧੰਨਵਾਦ ਜੀ ਡਾਕਟਰ ਸਾਹਿਬ, ਜਿਹੜੇ ਕਿ ਤੁਸੀਂ ਆ ਦੁਨੀਆ 'ਚ ਸਾਨੂੰ ਮਿਲੇ ਇਸ ਹਾਲਾਤ 'ਚ। ਹਾਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਹਮੇਸ਼ਾ ਖੁਸ਼ ਤਾਕਤ ਦੇਵੇ ਜੀ, ਇੰਸਪੀਰੇਸ਼ਨਸ। ਹਾਂਜੀ, ਸੱਟਾਂ ਲੱਗਦੀਆਂ ਜਿਵੇਂ ਸਾਡੇ ਕਹਿ, ਦੁੱਖ ਸੁੱਖ ਦੋਨੋਂ ਸਮ ਕਰ ਜਾਣਾ, ਇੰਨੀ ਇੰਨੀ ਢਿੱਗੀ ਢਾਉਣੀ ਚਾਹੀਦੀ ਵੀ ਹੁਣ ਤਾਂ ਕੁਛ ਨਹੀਂ ਹੋਣਾ। ਨਹੀਂ ਨਹੀਂ, ਇੰਸਪੀਰੇਸ਼ਨ ਮਸਤ ਹੈ। ਤੁਹਾਡਾ ਮਨ ਖੋਜੋ, ਆਪਣਾ ਦਿਲ ਦਖੜਾ ਰੱਖਣਾ ਚਾਹੀਦਾ। ਅਤੇ ਜਿੱਥੇ ਡਾਕਟਰ ਸਾਹਿਬ ਵਰਗੀ ਐਸੀ ਟੀਮ ਹੋਰ ਹੈਲਪਫੁਲ ਬਹੁਤ, ਕੋਈ ਟੈਂਦੀ ਕਲਾ ਦੀ ਗੱਲ ਹੀ ਨਹੀਂ। ਜਿੱਥੇ ਇੰਨਾ ਚੰਗਾ ਸਟਾਫ, ਹਰ ਤਰ੍ਹਾਂ ਆਉਂਦਾ, ਕਈ ਵਾਰੀ ਉਤਰਾਅ ਚੜਾਅ ਲਾਈਫ 'ਚ ਆਉਂਦਾ। ਉਹ ਕਹਿੰਦੇ ਆ, ਲਾਈਫ ਇਜ਼ ਨਾਟ ਏ ਬੈੱਡ ਆਫ ਰੋਜ਼ਸ ਬਟ ਏ ਬੈੱਡ ਆਫ ਥੋਰਨਸ, ਵਟ ਯੂ ਹੈਵ ਟੂ ਸਟਰਗਲ ਨਾਟ ਏ ਗੇਟ ਇਨ ਟਾਉਣੇ ਚਾਹੀਦੇ। ਹਾਂ, ਅਤੇ ਜਿਹੜੇ ਸਾਡੇ ਡਾਕਟਰਸ ਨੇ, ਇਹਨਾਂ ਨੂੰ ਵੀ ਹੋਰ ਇੰਸਪੀਰੇਸ਼ਨਸ ਪਰਮਾਤਮਾ ਦੇ ਗਏ। ਬਹੁਤ ਲਿਖਣ, ਰਿਸਰਚ ਕਰਨ, ਬਾਲ ਬੱਚੇ ਪੜ੍ਹਨ, ਰਿਸਰਚ ਕਰਨ। ਔਰ ਕਈ ਲੋਕ ਸਾਡੇ ਅਨਸੈਸਰੀ, ਮੈਂ ਹੋਰ ਪਾਸੇ ਗੱਲ ਲੈ ਕੇ ਚੱਲਿਆ, ਵੀ ਐਵੇਂ ਲੜਾਈਆਂ ਪੜਾਈਆਂ ਆ ਕਰਦੇ ਨਾ। ਰਿਸਰਚ ਮਸਟ, ਰਿਸਰਚ, ਦਵਾਈਆਂ ਚੰਗੇ ਜਿੱਥੇ ਜਾ ਸੋ ਸਿਹਤ ਮਿਲੇ ਲਾਈਫ। ਹਾਂਜੀ, ਕਹਿੰਦੇ ਲਾਈਫ ਕਮ ਵੰਸ ਓਨਲੀ, ਬਟ ਐਵੇਂ ਨਹੀਂ। ਮੈਂ ਡਾਕਟਰ ਹੋਰਾਂ ਨੂੰ, ਡਾਕਟਰ ਦੇ ਸਟਾਫ, ਟ੍ਰਿਪ ਪਟਿਆਲਾ, ਸਭ ਨੂੰ ਦਿਲੋਂ ਮੁਬਾਰਕ, ਦਿਲੋਂ। ਪਰ ਆਪਾਂ ਇਹਨਾਂ ਦੇ ਨਾਲ ਚੱਲੀਏ ਜੀ, ਸਾਰੇ ਪੇਸ਼ੈਂਟਸ, ਹੋਰ ਸਭ ਪੇਸ਼ੈਂਟਸ, ਜੇ ਤਾਂ ਸੂਝ ਮਿਲੇ, ਇੰਸਪੀਰੇਸ਼ਨ ਮਿਲੇ। ਧੰਨਵਾਦ। ਥੈਂਕ ਯੂ, ਥੈਂਕ ਯੂ। ਅਸੀਂ ਡਾਕਟਰ ਗੋਇਲ ਦੇ ਬਹੁਤ ਸ਼ੁਕਰਗੁਜ਼ਾਰ ਹੈਗੇ, ਜਿਨ੍ਹਾਂ ਨੇ ਇੰਨਾ ਚੰਗਾ ਸਰਜਰੀ ਕੀਤੀ ਹੈਗੀ ਆ। ਸਾਨੂੰ ਐਕਚੁਲੀ ਰੈਕਮੈਂਡ ਕੀਤਾ ਗਿਆ ਸੀਗਾ ਵੀ ਜੇ ਤੁਸੀਂ ਸਰਜਰੀ ਕਰਵਾਉਣੀ ਆ ਤਾਂ ਡਾਕਟਰ ਵਿਸ਼ਵ ਗੋਇਲ ਤੋਂ ਹੀ ਕਰਵਾਇਓ, ਇਜ਼ ਵੈਰੀ ਗੁੱਡ। ਅਤੇ ਉਹਨਾਂ ਦੀ ਸਰਜਰੀ ਦੇ ਨਾਲ ਵਿਦਇਨ 3 ਵੀਕਸ ਹਸਬੈਂਡ ਮੇਰੇ ਚੱਲਣ ਲੱਗ ਗਏ ਹੈਗੇ ਆ, ਬਾਥਰੂਮ ਜਾਂਦੇ ਹੈਗੇ ਆ, ਟੇਬਲ 'ਤੇ ਬੈਠ ਕੇ ਖਾਣਾ ਖਾ ਲੈਂਦੇ ਹੈਗੇ ਆ, ਉੱਠ ਸਕਦੇ ਆ, ਬੈਠ ਸਕਦੇ ਆ, ਔਰ ਆਪਣੀਆਂ ਜਿਹੜੀਆਂ ਨੋਰਮਲ ਡੇ ਟੂ ਡੇ ਐਕਟੀਵਿਟੀਜ਼ ਹੈਗੀਆਂ ਕਰ ਸਕਦੇ ਆ। ਔਰ ਸਾਨੂੰ ਇੰਨੀ ਆਸ ਹੈਗੀ ਆ ਕਿ ਆਉਂਦੇ 2-3 ਹਫ਼ਤਿਆਂ ਦੇ ਵਿੱਚ ਆਹ ਵਿਦਆਊਟ ਦ ਵੋਕਰ ਆਹ ਖੁਦ ਚੱਲਣ ਲੱਗ ਜਾਣਗੇ। ਅਤੇ ਅਸੀਂ ਮਨੀਪਾਲ ਹੋਸਪਿਟਲ ਦੇ ਡਾਕਟਰ ਗੋਇਲ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹੈਗੇ ਆ, ਜਿਨ੍ਹਾਂ ਨੇ ਇੰਨੀ ਚੰਗੀ ਸੇਵਾ ਕੀਤੀ, ਇੰਨਾ ਚੰਗਾ, ਇੰਨੀ ਚੰਗੀ ਸਰਜਰੀ ਕੀਤੀ। ਔਰ ਮੈਂ ਕਿਸੇ ਨੂੰ ਵੀ, ਕੋਈ ਵੀ ਏਜ ਦੇ ਹੋਣ, ਉਹਨਾਂ ਨੂੰ ਆਹ ਕਹੂੰਗੀ ਵੀ ਜ਼ਰੂਰ ਆਪਣੀ ਸਰਜਰੀ ਕਰਵਾਉਣ ਤੋਂ ਘਬਰਾਉਣ ਨਾ, ਥੋੜ੍ਹੀ ਹਿੰਮਤ ਚਾਹੀਦੀ ਹੈ। ਚੰਗਾ ਸਰਜਨ ਹੋਵੇ ਤਾਂ ਮਿਹਨਤ ਪੱਲੇ ਪੈ ਜਾਂਦੀ ਆ ਔਰ ਲਾਈਫ ਨੋਰਮਲ ਹੋ ਜਾਂਦੀ ਹੈ। ਮੇਰੇ ਮਾਮਾ ਜੀ ਲਖਿੰਦਰ ਸਿੰਘ, ਜੋ ਕਿ ਲੰਡਨ ਤੋਂ ਇੱਥੇ ਆਏ ਸੀ, ਤਾਂ ਅਚਾਨਕ ਉਹ ਬਾਥਰੂਮ 'ਚ ਫਿਸਲਣ ਕਰਕੇ ਸਲਿਪ ਹੋ ਕੇ ਗਿਰ ਗਏ ਸੀਗੇ, ਅਤੇ ਉਹਨਾਂ ਦਾ ਫਿਊਮਨ ਨੈਕ ਜਿਹੜਾ ਫ੍ਰੈਕਚਰ ਹੋ ਗਿਆ ਸੀ। ਉਸ ਦੇ ਲਈ ਅਸੀਂ ਆਸ ਪਾਸ ਕੰਸਲਟ ਕੀਤਾ ਤਾਂ ਸਾਨੂੰ ਜਿਹੜਾ ਹੈਗਾ ਵਧੀਆ ਦਾ ਸਰਜਨ, ਔਰਥੋ ਸਰਜਨ ਜੋ ਕਿ ਡਾਕਟਰ ਗੋਇਲ, ਉਹਨਾਂ ਬਾਰੇ ਦੱਸਿਆ ਗਿਆ। ਅਤੇ ਅਸੀਂ ਉਹਨਾਂ ਤੋਂ ਜਦੋਂ ਸਰਜਰੀ ਓਪਰੇਟ ਕਰਵਾਈ, ਰਿਪਲੇਸਮੈਂਟ ਹੋ ਗਿਆ ਹਿਪ ਰਿਪਲੇਸਮੈਂਟ, ਤਾਂ ਉਸ ਤੋਂ ਬਾਅਦ ਮੇਰੇ ਮਾਮਾ ਜੀ ਬਹੁਤ ਤੰਦਰੁਸਤ ਨੇ, ਵਧੀਆ ਚੱਲ ਫਿਰ ਸਕਦੇ ਨੇ ਔਰ ਆਪਣੇ ਆਪ
दो तीन हफ्ते दे विच और इंडिपेंडेंट अपने आप पर हो जाएंगे। वॉकर जोड़ा इन्हों का हूँ तो चल रहे हैं वॉकर नाल आफ्टर थ्री वीक्स, इस तो बाद मैं लगता भी दो तीन हफ्ते छुट जाएगा तो अपने सेहतयाब होकर वापस लंडन जाएंगे। सानू बड़ी खुशी होएगी। थैंक्स डॉक्टर गोयल एंड स्टाफ ऑफ मणिपाल हॉस्पिटल। थैंक यू लखविंदर सिंह जी, थैंक यू आंटी जी। मतलब ये ये मैसेज दे रहे हैं सोसाइटी नूं कि ओल्ड एज इज ओल्ड एज फ्रैक्चर शुड बी ट्रीटेड एज अर्ली एज पॉसिबल एंड शुड बी ट्रीटेड वैल। इफ जे पेशेंट नूं फ्रैक्चर हो जाता है जो ओल्ड एज इंजरी होंदी है, इनूं टाइमली इलाज कराने नाल पेशेंट दी लाइफ बैटर हो सकती है। नहीं तो जे पेशेंट बैड साइड हो गया, बैड रिडन हो गया, तो यह बहुत डेंजरस कॉम्प्लीकेशनस ने वो। इट इज़ वेरी डिफिकल्ट इन लाइफ, लाइफ थ्रैटनिंग तक कॉम्प्लीकेशन हो सकते हैं। इट्स बैटर है कि ओल्ड एज ट्रॉमा इग्नोर ना करो। जे जरूरत है तो प्लीज़ कम टू अस, वी विल ट्राई टू हैल्प यू इन ऑल द वे। थैंक यू सो मच।